ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਰੋਜ਼ਾਨਾ ਟਾਈਮ 'ਚ। ਇਸ ਵੇਲੇ ਦੀ ਵੱਡੀ ਖਬਰ ਲਹਿਰਾ ਕਾਕਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਨੇ, ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਬੀਤੇ ਦਿਨ ਜ਼ਮੀਨ ਅਕਵਾਇਰ ਨੂੰ ਲੈ ਕੇ ਕੁਲਦੀਪ ਢਾਲੀਵਾਲ ਦੇ ਵੱਲੋਂ ਕੁਝ ਵਾਅਦੇ ਕੀਤੇ ਗਏ ਸੀ ਪਰੰਤੂ ਪੂਰੇ ਨਹੀਂ ਕੀਤੇ, ਤੇ ਕਿਸਾਨ ਜ਼ਮੀਨ ਦਾ ਉਰਾਹਾ ਪ੍ਰਧਾਨ ਲਹਿਰਾ ਅੱਜ ਜੋ ਬ੍ਰੰਟ ਕਬਜ਼ ਹੈ, ਸਾਰਾ ਇਹ ਮਸਲਾ ਕੀ ਹੈ ਤੇ ਅੱਜ ਇੱਥੇ ਆਉਣ ਦਾ ਜਥੇਬੰਦੀ ਦਾ ਕੀ ਕਾਰਨ ਹੈ? ਅੱਜ ਜਿਹੜਾ ਇਹ ਬ੍ਰੰਟ ਕਬਜ਼ਾ ਜੀ, ਇਹ ਸੰਤਪੁਰ ਦੀ ਧਰਤੀ ਦਾ ਕਬਜ਼ਾ ਹੈਗਾ। ਇਹ ਲਗਭਗ ਅੱਜ ਤੋਂ 22-23 ਸਾਲ ਪਹਿਲਾਂ, ਜਿਹੜੀ 1998 ਨੂੰ ਇਹ ਜ਼ਮੀਨ ਇਹਨਾਂ ਨੇ ਬੋਲੀ ਤੇ ਲਈ ਸੀ ਸਰਕਾਰ ਤੋਂ, ਜਦਕਿ ਇਹ ਜ਼ਮੀਨ ਗਿਆਨੀ ਸੁੱਚਾ ਸਿੰਘ ਨੇ 1998 ਦੇ ਵਿੱਚ 13,51,000 ਰੁਪਏ 'ਚ ਬੋਲੀ ਦੇ ਉੱਤੇ ਖਰੀਦੀ ਸੀ। ਉਦੋਂ ਇਹਨਾਂ ਨੇ 6,80,000 ਰੁਪਇਆ ਕੈਸ਼ ਦਿੱਤਾ ਸੀਗਾ, 6,71,000 ਰੁਪਏ ਦੇ ਜਿਹੜੇ ਚੈੱਕ ਨੇ ਉਹ ਕੋਰਟ 'ਚ ਲਾਏ ਸੀ, ਨਾ ਉਹ ਸਰਕਾਰ ਨੇ ਰਿਸੀਵ ਕਰੇ, ਨਾ ਮਤਲਬ ਇਹਨਾਂ ਨੂੰ ਵਾਪਸ ਕਰੇ। ਜਾਣੀ ਸਰਕਾਰ ਇਹਨਾਂ ਕੰਮਾਂ 'ਤੇ ਉਤਰੇ ਹੀ ਵੀ ਨਾਲੇ ਤਾਂ ਇਹਨਾਂ ਕਿਸਾਨਾਂ ਦੇ ਪੈਸੇ ਨੇ ਜਿਹੜੇ ਉਹ ਹੜੱਪ ਕਰ ਲਏ, ਅਤੇ ਨਾਲੇ ਜ਼ਮੀਨ ਹੜੱਪ ਕਰਨ ਨੂੰ ਦਿੰਦੀ ਹੈਗੀ। ਪਰ ਅਸੀਂ ਆਪਣੀ ਜਥੇਬੰਦੀ ਵੱਲੋਂ, ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ, ਸਾਡੀ ਜਥੇਬੰਦੀ ਜਿਹੜੀ ਨੀਤੀ ਪਾਲਿਸੀ ਹੈ ਵੀ ਸਰਕਾਰ ਕਿਸੇ ਦਾ ਬ੍ਰੰਟ ਕਬਜ਼ਾ ਨਾ ਲੈ ਕੇ ਆਵੇ। ਜੇ ਸਰਕਾਰ ਕਿਸੇ ਦਾ ਬ੍ਰੰਟ ਕਬਜ਼ਾ ਲਿਆਉਂਦੀ ਹੈ ਤਾਂ ਅਸੀਂ ਇਹਦੇ ਪੱਖ 'ਚ ਜਿਹੜੀ ਕਿਸਾਨਾਂ ਦੇ ਖੜਾਂਗੇ, ਅਤੇ ਕਿਸੇ ਵੀ ਹਾਲਤ 'ਚ ਇਹ ਬ੍ਰੰਟ ਕਬਜ਼ਾ ਨਹੀਂ ਹੋਣ ਦੇਵਾਂਗੇ। ਇਹ ਸਰਕਾਰ ਜਿਹੜਾ ਫਿਰ ਵਾਰ ਵਾਰ ਬਿਆਨ ਦਿੰਦੀ ਹੈ, ਮੁੱਖ ਮੰਤਰੀ ਆ ਕੁਲਦੀਪ ਸਿੰਘ ਢਾਲੀਵਾਲ ਬਿਆਨ ਦਿੰਦੇ ਨੇ, ਜੋ ਪੰਚਾਇਤ ਮੰਤਰੀ ਨੇ, ਵੀ ਅਸੀਂ ਨਾ ਤਾਂ ਕਿਸੇ ਦਾ ਘਰ ਢਾਵਾਂਗੇ, ਨਾ ਹੀ ਕਿਸੇ ਦੀ ਕੁਰਕੀ ਕਰਾਂਗੇ। ਅਸੀਂ ਲੋਕਾਂ ਤੋਂ ਜਿਹੜਾ ਬਣਦਾ ਡੀਸੀ ਰੇਟ ਹੁੰਦਾ ਉਹਦਾ ਪੈਸੇ ਭਰਵਾ ਲਾਂਗੇ, ਪਰ ਜ਼ਮੀਨ ਨਹੀਂ ਛੁਡਵਾਵਾਂਗੇ। ਇਹ ਸਰਕਾਰ ਬਿਲਕੁਲ ਗੋਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਰ ਰਹੀ ਹੈ ਜੀ। ਇਹ ਕਹਿੰਦੇ ਕੁਛ ਨੇ, ਕਮਾਉਂਦੇ ਕੁਛ ਨੇ ਗੇ, ਪਰ ਜਾਣੀ ਜੇ ਇਹ ਸਰਕਾਰ ਲੋਕਾਂ ਦੇ ਹਿੱਤਾਂ ਦੀ ਗੱਲ ਕਰੇ, ਲੋਕਾਂ ਦੇ ਹਿੱਤਾਂ ਦੇ ਕੰਮ ਕਰੇ, ਤਾਂ ਇਹ ਨੌਬਤ ਨਹੀਂ ਆਉਂਦੀ ਹੈਗੀ। ਅਤੇ ਜਦੋਂ ਇਹ ਸਰਕਾਰ ਇਹ ਬ੍ਰੰਟ ਕਬਜ਼ੇ ਦੇ ਉੱਤਰੇ ਹੀ, ਤਾਂ ਅਸੀਂ ਜਥੇਬੰਦੀ ਵੱਲੋਂ, ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ, ਪੂਰੀ ਸਾਡੀ ਬਲਾਕ ਟੀਮ, ਪੂਰੀ ਸਾਡੀਆਂ ਪਿੰਡ ਇਕਾਈਆਂ ਇਹਨਾਂ ਦੇ ਨਾਲ ਖੜੀਆਂ ਨੇਗੀਆਂ, ਅਤੇ ਕਿਸੇ ਵੀ ਕੀਮਤ 'ਚ ਅਸੀਂ ਇਹ ਬ੍ਰੰਟ ਕਬਜ਼ਾ ਨਹੀਂ ਹੋਣ ਦੇਵਾਂਗੇ। ਅਸੀਂ ਬੁਰੇ ਦੇ ਬਾਹਰ ਤਾਂ ਜਾਵਾਂਗੇ, ਚਾਹੇ ਪੰਜਾਬ ਸਰਕਾਰ ਹੋਵੇ, ਚਾਹੇ ਭਗਵੰਤ ਮਾਨ ਦੀ ਸਰਕਾਰ ਹੋਵੇ, ਪਰ ਇਹ ਕਿਸੇ ਵੀ ਹਾਲਤ 'ਚ ਇਹ ਬ੍ਰੰਟ ਕਬਜ਼ਾ ਨਹੀਂ ਹੋਣ ਦੇਵਾਂਗੇ। ਪ੍ਰਸ਼ਾਸਨ ਨਾਲ ਇਹਦੇ ਸੰਬੰਧ 'ਚ ਕੋਈ ਗੱਲ ਹੋਈ? ਪ੍ਰਸ਼ਾਸਨ ਕੀ ਕਹਿੰਦਾ? ਜਿਹੜੇ ਪੈਸੇ ਭਰੇ ਹੋਏ ਨੇ ਜਾਂ ਜੋ ਕਬਜ਼ੇ ਇਹਨਾਂ ਨੂੰ ਲਿਖਤੀ ਰੂਪ 'ਚ ਪਹਿਲਾਂ ਤੋਂ ਦਿੱਤਾ ਹੋਇਆ, ਸਰਕਾਰ ਦਾ ਕੀ ਪੱਖ ਹੈ? ਤੇ ਸਰਕਾਰ ਦਾ ਇਹ 'ਚ ਕੋਈ ਪੱਖ ਨਹੀਂ ਜੀ। ਜਿਹੜੀ ਇਹਨਾਂ ਨੇ ਜਿਹੜੇ ਪੈਸੇ ਭਰੇ ਹੋਏ ਨੇ, ਨਾ ਤਾਂ ਕੋਈ ਉਹਦੀ ਗੱਲਬਾਤ ਕਰ ਰਹੇ ਨੇਗੇ, ਅਤੇ ਨਾ ਮਤਲਬ ਜਿਹੜੇ ਇਹਨਾਂ ਦੇ ਪੈਸੇ ਚੈੱਕ ਗਏ ਹੋਏ ਹੈਗਾ 6,71,000 ਦਾ, ਨਾ ਜਾਣੀ ਉਹਦੀ ਕੋਈ ਗੱਲਬਾਤ ਹੈ, ਨਾ ਤਾਂ ਇਹਨਾਂ ਨੂੰ ਉਹ ਚੈੱਕ ਵਾਪਸ ਆਇਆ, ਨਾ ਉਹ ਚੈੱਕ ਸਰਕਾਰ ਨੇ ਰਿਸੀਵ ਕਰਿਆ। ਜਾਣੀ ਉਹ ਖੱਖਰ ਪੱਖਰੇ ਕਰਤਾ ਸਾਰਾ ਚੈੱਕ 6,71,000 ਰੁਪਏ ਦਾ। ਪਰ ਇਹ ਹੁਣ ਵੀ ਸਰਕਾਰ ਨੂੰ ਕਹਿ ਰਹੇ ਨੇਗੇ ਜੋ ਬਣਦਾ ਮੁਆਵਜ਼ਾ, ਜੋ ਬਣਦੀ ਪੇਮੈਂਟ ਹੈ ਉਹ। ਹਾਂਜੀ ਬਾਈ ਜੀ, ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਦੀਪਿੰਦਰਪਾਲ ਸਿੰਘ ਜੀ, ਸਾਨੂੰ ਸੁੱਚਾ ਸਿੰਘ ਕਹਿੰਦੇ। ਅੱਜ ਜੀ ਇਹ ਜਿਹੜਾ ਸਾਰਾ ਮਸਲਾ ਹੈ ਬ੍ਰੰਟ ਕਬਜ਼ੇ ਦਾ, ਇਹ ਕੀ ਮਸਲਾ ਹੈ ਜੀ, ਤੁਹਾਡਾ ਇਹ 'ਚ ਪੱਖ ਕੀ ਹੈ? ਇਹ ਮਸਲਾ ਤਾਂ ਇਸ ਤਰ੍ਹਾਂ ਜੀ, ਵੀ ਅਸੀਂ ਸ਼ੁਰੂ ਤੋਂ ਹੀ ਕਰਪਸ਼ਨ ਦੇ ਖਿਲਾਫ ਖੜ੍ਹੇ ਹਾਂ। ਸ਼ੁਰੂ ਤੋਂ ਹੀ ਜਿੱਦਾਂ ਦੇ 26-98 ਨੂੰ ਬੋਲੀ ਹੋਈ ਸੀ, ਇਹ ਸਾਰੇ ਮਹਿਕਮੇ ਦੇ ਇਕੱਠਾ ਕਰਕੇ ਬੋਲੀ ਦਿੱਤੀ। ਬੋਲੀ ਦੇ ਵਿੱਚ ਸਾਡੇ ਬਜ਼ੁਰਗਾਂ ਨੇ, ਯਾਨੀ ਸੁੱਚਾ ਸਿੰਘ ਨੇ ਸਭ ਤੋਂ ਵੱਧ ਬੋਲੀ ਦਿੱਤੀ। ਬੋਲੀ ਪਿੰਡ ਦੇ ਵਿੱਚ ਹੋਈ ਸੀ ਜੀ? ਬੋਲੀ ਸੁਨਾਮ ਹੋਈ ਸੀ, ਐਕਸ਼ਨ ਸੀ ਉਹਨਾਂ ਦਾ, ਪ੍ਰਧਾਨ ਜੀ ਅਤੇ ਚੇਅਰਪਰਸਨ ਸੀ SDM। ਠੀਕ ਹੈ ਜੀ, ਉਹਨਾਂ ਦੀ ਹਾਜ਼ਰੀ ਦੇ ਵਿੱਚ ਬੋਲੀ ਹੋਈ 26-98 ਨੂੰ। 26-98 ਨੂੰ ਜੋ ਬੋਲੀ ਦਿੱਤੀ, ਪੈਸੇ ਨਾਲ ਦੀ ਨਾਲ ਭਰੇ ਗਏ ਸਾਡੇ ਬਜ਼ੁਰਗਾਂ ਨੂੰ। ਉਹ ਕਹਿੰਦੇ ਵੀ ਕਿਸ਼ਤ ਭਰਨੀ ਆ, ਉਦੋਂ ਨਾਲ ਦੀ ਨਾਲ ਉਹਨਾਂ ਨੂੰ ਪੈਸੇ ਭਰ ਕੇ ਫਿਰ ਅਸੀਂ ਇੱਥੇ ਪਹੁੰਚ ਗਏ। ਜਦੋਂ ਇੱਥੇ ਆ ਕੇ ਦੇਖਿਆ, ਉਹਨਾਂ ਨੇ ਕਿਹਾ, ਜਿਹੜੇ ਮਹਿਕਮੇ ਵਾਲੇ ਬੰਦੇ ਸੀ ਉਹ ਕਹਿੰਦੇ ਵੀ ਸਾਡਾ ਹਿੱਸਾ ਤੁਹਾਨੂੰ ਦਿਓ। ਅਸੀਂ ਕਿਹਾ ਵੀ ਤੁਹਾਨੂੰ ਕਾਹਦੇ ਪੈਸੇ ਦੇਣੇ, ਵੀ ਤੁਹਾਡੇ ਤਾਂ ਅਸੀਂ ਪੈਸੇ ਆਲਰੇਡੀ ਸਰਕਾਰ ਨੂੰ ਦੇਣੇ। ਅਸੀਂ ਰਿਸ਼ਵਤ ਦੇ ਸ਼ੁਰੂ ਤੋਂ, ਮੇਰੇ ਬਜ਼ੁਰਗ ਵੀ, ਅਸੀਂ ਵੀ ਸ਼ੁਰੂ ਤੋਂ ਰਿਸ਼ਵਤ ਦੇ ਖਿਲਾਫ ਹਾਂ। ਅਸੀਂ ਕਿਹਾ ਮਹਿਕਮੇ ਨੂੰ ਪੈਸੇ ਦੇਣੇ ਨੇ, ਉਹ ਸਾਡੀ ਗੱਲ ਦੇ ਇਸ 'ਤੇ ਖਫਾ ਹੋ ਕੇ ਉਹਨਾਂ ਨੇ ਨਹਿਰ ਦਾ ਮੋਗਾ ਤੋੜਿਆ। ਇਹਦੀ ਤੁਹਾਨੂੰ ਕਿੰਨੀ ਪੇਮੈਂਟ ਭਰਤੀ ਜੀ ਹੁਣ ਤੱਕਰ ਦੀ? 6,80,000 ਰੁਪਇਆ ਅਸੀਂ 1998 ਤੱਕ ਭਰਿਆ ਹੋਇਆ ਜੀ। ਦਸੰਬਰ 1998 ਤੱਕ 6,80,000 ਰੁਪਇਆ, 60% ਤੋਂ ਵੱਧ ਪੈਸਾ ਹੋ ਗਿਆ। ਇਹਦੀ ਕੁੱਲ ਕਿੰਨੇ ਪੈਸਿਆਂ 'ਚ ਬੋਲੀ ਹੋਈ ਸੀ ਉਸ ਟਾਈਮ 'ਚ? 13,55,000 ਦੀ ਬੋਲੀ ਹੋਈ, ਸਭ ਤੋਂ ਵੱਧ ਬੋਲੀ ਸੀ ਜੀ। ਮੈਂ ਮਾਰਕੀਟ ਰੇਟ ਸ਼ੁਰੂ ਕੀਤਾ ਸੀਗਾ 2,25,000, ਅਤੇ 13,51,000 ਤੋਂ ਸਾਰੀ ਬੋਲੀ ਹੋਈ ਸੀ, ਅਤੇ 13,51,000 ਸਾਡੇ ਬਜ਼ੁਰਗਾਂ 10% ਉੱਥੇ ਭਰਿਆ ਪੈਸਾ। ਭਰਨ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੇ ਪੈਸੇ ਮੰਗਣੇ ਸ਼ੁਰੂ ਕਰਤੇ, ਅਸੀਂ ਕਿਹਾ ਵੀ ਸਰਕਾਰ ਨੂੰ ਦੇਣੇ ਆ ਅਸੀਂ। ਉਹਨਾਂ ਨੇ ਜੀ ਆ ਕੇ ਇੱਥੇ 24 ਘੰਟੇ ਦਾ ਮੋਗਾ ਲੱਗਿਆ ਸੀ 4 ਇੰਚੀ, ਉਹ ਮੋਗਾ ਤੋੜ ਕੇ ਖਤਮ ਹੀ ਕਰਨਾ ਚਾਹਿਆ।
जो खत्म करना चाहे तो उसे नहर टुटी, नहर टुटन से फिर सारे पिंड के इतने कई एकड़ के नुकसान हो गया। वो नुकसान तो होया परचा दर्ज हो गया, परचा दर्ज होने तो बाद फिर महकमे ने राजीनामा करके वह भी आपके पल्यों खाते राजीनामा करके समझौता कर फिर कैंसल कर कराई परचा दर्ज है नी। यह राजीनामे तुम्हें किन्ने पैसे दिते गए खराबे के? ये जेड़े बंदे दे अगे नुकसान होया उन्होंने पैसे दिए, तुहानू कुछ नहीं मिले? सानू कुछ नहीं मिले, उन्होंने सुन चाहिए भी उन्होंने 15,000 रुपया उदो इन्होंने आपके खाते में दिता महकमे ने। सरकार तो की मंग करते हो? असी सरकार को मंग करते हैं भी असी पैसे पूरे भरे हुए ने, 6,80,000 असी 98 च भरते सी, उदों बाद नजायज़ तौर पर साड़ी बोली कैंसल की, बोली कैंसल करने कहा असी तो भाई पैसे कर देने को तैयार, सब तो पैसे लो तो जगह पूरी कर दो असी पैसे दे देने। असी फिर लोगों को परेशान किया जा रहा है, तो दूजे पासे उन्हां दा कहना है कि असी अपनी जमीन नहीं छड्डांगे भावें सानू कुरबानी ही क्यों ना देनी पवे, तो जिसनूं लैके उन्हां दे वल्लों सख्त शब्दों के निंदा की गई है।